ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸਿੱਧਾ ਰਿਕਰੂਟਮੈਂਟ ਦੇ ਨੋਟੀਫਿਕੇਸ਼ਨ ਤੇ ਆਉਂਦੇ ਹਾਂ ਤਾਂ ਆਪਾਂ ਇਸ ਦੀ ਇਹ PDF ਫਾਈਲ ਰਿਕਰੂਟਮੈਂਟ ਦੇ ਨੋਟਿਸ ਤੁਹਾਨੂੰ ਮੇਨ ਮੇਨ ਗੱਲਾਂ ਮੈਂ ਰੀਡ ਕਰਵਾ ਦਿੰਦਾ ਬਾਕੀ ਇੱਕ ਵਾਰੀ ਤੁਹਾਨੂੰ ਖੁਦ ਰੀਡ ਕਰ ਲਿਓ ਤਾਂ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਇਸ ਫੋਰਮ ਨੂੰ ਜ਼ਰੂਰ ਫਿਲ ਕਰ ਦਿਓ ਅਤੇ ਇੱਥੇ ਆਪਾਂ ਚੈੱਕ ਕਰ ਸਕਦੇ ਜਿਹੜੀ ਲਾਸਟ ਡੇਟ ਹੈ ਤੁਹਾਨੂੰ ਅਪਲਾਈ ਕਰਨ ਦੀ ਉਹ 11/2/2021 5 ਵਜੇ ਤੱਕ ਲਾਸਟ ਡੇਟ ਹੈ ਅਤੇ ਇਸ ਤੋਂ ਇਲਾਵਾ ਹੋਰ ਗੱਲ ਕਰੀਏ ਜਾਣ ਪਛਾਣ ਇਸ ਦੇ ਕੁੱਲ ਅਸਾਮੀਆਂ ਜਿਹੜੀ ਇਸ ਵਿੱਚ ਆਈ ਨੇ 547 ਜਿਹੜੀ ਜੋਬ ਰਿਕਰੂਟਮੈਂਟ ਹੈ ਅਤੇ ਲਾਸਟ ਡੇਟ ਜਿਵੇਂ ਤੁਹਾਨੂੰ ਪਤਾ ਆਲਰੇਡੀ ਲੱਗ ਗਈ ਹੈ ਅਤੇ ਇਹ ਜਿਹੜੀ ਰਿਕਰੂਟਮੈਂਟ ਦੇ ਨਾਮ ਨੇ ਪੋਸਟਾਂ ਦੇ ਜੂਨੀਅਰ ਡਰਾਫਟਮੈਨ ਸਿਵਲ 529 ਪੋਸਟਾਂ ਨੇ ਅਤੇ ਜੂਨੀਅਰ ਡਰਾਫਟਮੈਨ ਮਕੈਨੀਕਲ 13 ਪੋਸਟਾਂ ਨੇ ਅਤੇ ਜੂਨੀਅਰ ਡਰਾਫਟਮੈਨ ਆਰਕੀਟੈਕਚਰ 5 ਪੋਸਟਾਂ ਨੇ ਦੋਸਤੋ ਇੱਕ ਇਨਫੋਰਮੇਸ਼ਨ ਹੈ ਜੇ ਜੋਬ ਦੀ ਸੈਟਿੰਗ ਕਿਤੇ ਨਹੀਂ ਹੋ ਰਹੀ ਤਾਂ ਤੁਸੀਂ ਯੂਟਿਊਬ 'ਤੇ ਵੀਡੀਓਜ਼ ਅਪਲੋਡ ਕਰਕੇ ਚੰਗਾ ਖਾਸਾ ਪੈਸਾ ਅਰਨ ਕਰ ਸਕਦੇ ਹੋ ਇਸ ਰਿਲੇਟਡ ਮੈਂ ਬਹੁਤ ਸਾਰੀ ਵੀਡੀਓ ਬਣਾ ਚੁੱਕਿਆ ਹਾਂ ਤੁਹਾਡੇ ਦੂਜੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਮਿਲ ਜਾਵੇਗਾ ਪਰ ਮੇਰੀ ਗੱਲਾਂ ਕਰੀਏ ਇਹ ਕੈਟੇਗਰੀ ਦੇ ਹਿਸਾਬ ਨਾਲ ਵੰਡ ਕੀਤੀ ਹੋਈ ਹੈ SC ST OBC ਕੈਂਡੀਡੇਟ ਵਾਸਤੇ ਕਿੰਨੀ ਕਿੰਨੀਆਂ ਪੋਸਟਾਂ ਨੇ ਅਤੇ ਇੱਥੇ ਸੈਲਰੀ ਦੀ ਗੱਲ ਕਰੀਏ ਤਾਂ ਇਹਨੇ 25,500 ਸੈਲਰੀ ਮੈਂਸ਼ਨ ਕੀਤੀ ਹੋਈ ਹੈ ਅਤੇ ਯੋਗਤਾ ਦੀ ਗੱਲ ਕਰੀਏ ਕਿਹੜੇ ਕਿਹੜੇ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਜਿਹੜੇ ਜੂਨੀਅਰ ਡਰਾਫਟਮੈਨ ਦੀ ਆ ਉਹਨਾਂ ਵਾਸਤੇ 10th ਵਿੱਚ ਜਿਹੜੀ ਪੰਜਾਬੀ ਸਬਜੈਕਟ ਪਾਸ ਹੋਣਾ ਲਾਜ਼ਮੀ ਹੈ ਅਤੇ ਪਲੱਸ 2 ਸਾਲਾਂ ਦਾ ਸਰਟੀਫਿਕੇਟ ਡਰਾਫਟਮੈਨ ਸਿਵਲ ਇੰਜੀਨੀਅਰਿੰਗ ਵਿੱਚ ਆਪਣੇ ਕੋਲ ਹੋਣਾ ਚਾਹੀਦਾ ਹੈ ਐਂਡ ਜੂਨੀਅਰ ਡਰਾਫਟਮੈਨ ਮਕੈਨੀਕਲ ਦੀ ਗੱਲ ਕਰੀਏ ਤਾਂ 10ਵੀਂ ਪੰਜਾਬੀ ਨਾਲ ਪਾਸ ਹੋਣੀ ਚਾਹੀਦੀ ਹੈ ਅਤੇ ਜਿਹੜੀ 2 ਸਾਲਾਂ ਦਾ ਡਰਾਫਟਮੈਨ ਦਾ ਮਕੈਨੀਕਲ ਸਰਟੀਫਿਕੇਟ ਆਪਣੇ ਕੋਲ ਹੋਣਾ ਚਾਹੀਦਾ ਹੈ ਐਂਡ ਜੂਨੀਅਰ ਡਰਾਫਟਮੈਨ ਆਰਟੀਕਲੈਕਚਰ ਦੀ ਗੱਲ ਕਰੀਏ ਤਾਂ 3 ਸਾਲਾਂ ਦਾ ਡਿਪਲੋਮਾ ਇਨ ਆਰਟੀਕਲੈਕਚਰ ਵਿੱਚ ਹੋਣਾ ਚਾਹੀਦਾ ਹੈ ਬਾਕੀ ਇਹ ਦੋਸਤੋ ਮੇਨ ਮੇਨ ਇਨਫੋਰਮੇਸ਼ਨ ਸੀ ਇਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਓ ਉੱਥੋਂ ਡਾਊਨਲੋਡ ਕਰਕੇ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਰੀਡ ਕਰ ਲਿਓ ਅਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਇਸ ਨੂੰ ਆਪਾਂ ਮੋਬਾਈਲ 'ਤੇ ਅਪਲਾਈ ਕਿਵੇਂ ਕਰ ਸਕਦੇ ਹਾਂ ਤਾਂ ਦੋਸਤੋ ਜੇ ਮੋਬਾਈਲ 'ਤੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹਨਾਂ ਦੀ ਇਸ ਵੈਬਸਾਈਟ ਉੱਪਰ ਆਉਣਾ ਪਵੇਗਾ ਅਤੇ ਉੱਪਰ ਬਰਾਊਜ਼ਰ ਦਾ ਆਪਾਂ ਡੈਸਕਟੋਪ ਵਰਜ਼ਨ ਉੱਥੋਂ ਔਨ ਕਰਨਾ ਹੈ ਮੋਬਾਈਲ ਦਾ ਅਤੇ ਇੱਥੇ ਆਪਾਂ ਨੂੰ ਔਨਲਾਈਨ ਐਪਲੀਕੇਸ਼ਨ ਦਾ ਆਪਸ਼ਨ ਮਿਲ ਜਾਂਦਾ ਇਸ 'ਤੇ ਆਪਾਂ ਕਲਿੱਕ ਕਰ ਲਾਂਗੇ ਜਦੋਂ ਤਾਂ ਨੀਚੇ ਆਪਾਂ ਨੂੰ ਇਸਦੀ ਜਿਹੜੀ ਲਿੰਕ ਦਿੱਤਾ ਹੋਇਆ ਇਸ 'ਤੇ ਆਪਾਂ ਕਲਿੱਕ ਕਰ ਲਾਂਗੇ ਅਤੇ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਵੇਗਾ ਹੁਣ ਜੇ ਤੁਸੀਂ ਪਹਿਲਾਂ ਅਪਲਾਈ ਕੀਤੀ ਇਹ ਪੋਸਟ ਤਾਂ ਉਹੀ ਇੰਟਰ ਯੂਜ਼ਰ ਨੇਮ ਭਰਨਾ ਪਵੇਗਾ ਅਤੇ ਪਾਸਵਰਡ ਭਰਨਾ ਪਵੇਗਾ ਜੇ ਤੁਸੀਂ ਇਹ ਪਹਿਲੀ ਵਾਰ ਪੋਸਟ ਨੂੰ ਅਪਲਾਈ ਕਰੋ ਤਾਂ ਨਿਊ ਯੂਜ਼ਰ ਸਾਈਨ ਅਪ 'ਤੇ ਆਪਾਂ ਕਲਿੱਕ ਕਰ ਲਾਂਗੇ ਅਤੇ ਇੱਥੇ ਆਪਾਂ ਆਹ ਨੋਰਮਲ ਜੀ ਡਿਟੇਲ ਜਿਹੜੀ ਆਪਣੀ ਫਿਲ ਕਰਨੀ ਹੈ ਇਸ ਤੋਂ ਬਾਅਦ ਆਪਣੇ ਕੋਲ ਯੂਜ਼ਰ ਨੇਮ ਅਤੇ ਪਾਸਵਰਡ ਕ੍ਰੀਏਟ ਹੋ ਜਾਏਗਾ ਜਿਹੜਾ ਆਪਾਂ ਇੱਥੇ ਦੁਬਾਰੇ ਫਿਲ ਕਰਕੇ ਜਦੋਂ ਜਿਹੜਾ ਕ੍ਰੀਏਟ ਹੋ ਜਾਵੇਗਾ ਮੈਸੇਜ 'ਤੇ ਆਪਣੇ ਆ ਜਾਏਗਾ ਯੂਜ਼ਰ ਨੇਮ ਅਤੇ ਪਾਸਵਰਡ ਅਤੇ ਕਰਕੇ ਆਪਾਂ ਲੋਗਿਨ ਕਰਕੇ ਇੱਕ ਨੋਰਮਲ ਜਿਹਾ ਫੋਮ 'ਤੇ ਆਪਣੀ ਡਿਟੇਲਸ ਆਪਣੇ ਸਰਟੀਫਿਕੇਟ ਦੀ ਫੋਟੋ ਕਾਪੀ ਅਪਲੋਡ ਕਰਨੀ ਹੁੰਦੀ ਹੈ ਅਤੇ ਫੋਮ ਨੂੰ ਫਿਲ ਕਰਨ ਦਾ ਪੂਰਾ ਪ੍ਰੋਸੈਸ ਜਾਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਵਿੱਚ ਕਮੈਂਟ ਕਰ ਦਿਉ ਤਾਂ ਮੈਂ ਇਸਦਾ ਨੈਕਸਟ ਪਾਰਟ ਜਿਹੜਾ ਤੁਹਾਡੇ ਲਈ ਇਹ ਪ੍ਰੋਵਾਈਡ ਕਰਵਾ ਦਿੰਦਾ ਕਿਉਂਕਿ ਦੋਸਤੋ ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।